ਸਾਰਿਆਂ ਵੱਲੋਂ ਮੈਂਬਰਾਂ ਦੇ ਪਾਏਦਾਰ ਸੀ ਪਰ ਅੱਜ ਹੁਣ ਤੱਕ 99 ਮੈਂਬਰ ਫਿਜ਼ੀਕਲੀ ਹਾਜ਼ਰ ਹੋ ਗਏ ਅਤੇ 11 ਰਸਤਿਆਂ ਦੇ ਵਿੱਚ ਆ ਕਿਉਂਕਿ ਕੁਛ ਥਾਵਾਂ 'ਤੇ ਜਾਮ ਵਗੈਰਾ ਚੱਲ ਰਿਹਾ ਅਤੇ ਹਾਲੇ ਕੁਛ ਮੈਂਬਰ ਬਾਹਰੋਂ ਚੱਲੇ ਹੋਏ ਆ ਜਿਨ੍ਹਾਂ ਨੇ ਲੈਂਡ ਕਰਨਾ ਰਾਤ ਤੱਕ ਇਸ ਕਰਕੇ ਪਿਛਲੇ ਸਾਲ ਨਾਲੋਂ 20 ਮੈਂਬਰਾਂ ਦੀ ਗਿਣਤੀ ਜਿਹੜੀ ਆ ਉਹ ਅੱਜ ਦੀ ਮੀਟਿੰਗ ਦੇ ਵਿੱਚ ਵੱਧ ਹੈ ਇਸ ਕਰਕੇ ਮੈਂ ਸਾਰੇ ਹੀ ਮੈਂਬਰ ਸੰਬੰਧ ਦਾ ਜਿਹੜਾ ਧੰਨਵਾਦ ਕਰਾਂ ਔਰ ਕਲੀਅਰ ਹੈ ਕਿ ਧਾਮੀ ਸਾਹਿਬ ਕੱਲ੍ਹ ਬੜੀ ਵੱਡੀ ਲੀਡ ਲੈ ਕੇ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਫਿਰ ਜਿਹੜਾ ਚੌਥੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨਗੇ ਕੋਸ਼ਿਸ਼ਾਂ ਬਹੁਤ ਹੋਈਆਂ ਸੀ ਕਿ ਹਰ ਹੀਲਾ ਵਰਤਿਆ ਜਾਵੇ ਕਿਸੇ ਨਾ ਕਿਸੇ ਤਰੀਕੇ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਉੱਤੇ ਕਬਜ਼ਾ ਕਰਨ ਜਿਵੇਂ ਪਹਿਲਾਂ ਬਾਹਰਲੇ ਤਖ਼ਤ ਸਾਹਿਬਾਨ 'ਤੇ ਕਬਜ਼ੇ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਫਿਰ ਦਿੱਲੀ ਕਮੇਟੀ 'ਤੇ ਕਬਜ਼ਾ ਕਰਨ ਦਾ ਕੰਮ ਹੋਇਆ ਫਿਰ ਸ਼੍ਰੋਮਣੀ ਕਮੇਟੀ ਤੋੜ ਕੇ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਬਣਾਈ ਅਤੇ ਹੁਣ ਹੌਲੀ ਹੌਲੀ ਇਹ ਜਿਹੜੀ ਆ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀ ਪਰ ਮੈਂਬਰ ਜਿਹੜੇ ਸਾਡੇ ਆ ਮੇਰੇ ਕੋਲ ਕੋਈ ਸ਼ਬਦ ਨਹੀਂ ਚਾਹੇ ਦੂਜੀਆਂ ਸਟੇਟਾਂ ਦੇ ਵਿੱਚ ਮੈਂਬਰ ਸੀ ਉਹ ਵੀ ਹਾਜ਼ਰ ਹੋਏ ਚਾਹੇ ਕੋਈ ਬਜ਼ੁਰਗ ਮੈਂਬਰ ਆ ਉਹ ਵੀ ਹਾਜ਼ਰ ਹੋਏ ਕੁਛ ਮੈਂਬਰ ਸੀਰੀਅਸਲੀ ਬਿਮਾਰ ਆ ਉਹ ਵੀ ਮੈਂਬਰ ਹਾਜ਼ਰ ਹੋਏ ਆ ਇਸ ਕਰਕੇ ਮੈਂ ਸਾਰਿਆਂ ਮੈਂਬਰਾਂ ਦਾ ਤਹਿ ਦਿਲ ਤੋਂ ਧੰਨਵਾਦ ਭਗਵੰਤ ਮਾਨ ਹਰਾ ਨੇ ਅੱਜ ਇੱਕ ਬਿਆਨ ਦਿੱਤਾ ਕਿ 1920 'ਚ ਗਠਨ ਹੋਏ ਅਕਾਲੀ ਦਲ ਤਾਂ ਹੁਣ ਖਤਮ ਹੋ ਚੁੱਕੇ ਨੀਵੇਂ ਸਾਹਿਬ ਦੇ ਪੱਟੇ ਦੀ ਸੀ 2019 'ਚ ਖਤਮ ਹੋ ਚੁੱਕਿਆ ਅਤੇ ਹੁਣ 4 ਉਮੀਦਵਾਰ ਨਹੀਂ ਲੱਭੇ ਜਿਮਨੀ ਚੋਣਾਂ ਜਿਹੜੇ ਕਰਨਗੇ ਦੇਖੋ ਭਗਵੰਤ ਮਾਨ ਜੀ ਨੂੰ ਕਹੋ ਪਹਿਲਾਂ ਆਪਣੇ ਤਾਂ ਉਮੀਦਵਾਰ ਦੇਖ ਲਿਆ ਕਰੋ ਵੀ ਕਿਹੜੀ ਕਿਹੜੀ ਪਾਰਟੀ ਤੋਂ ਉਧਾਰੇ ਲੈ ਕੇ ਖੜੇ ਕਰਦੇ ਉਹਨਾਂ ਨੂੰ ਪੁੱਛੋ ਵੀ ਗਿੱਦੜਬਾਜ ਦਾ ਉਮੀਦਵਾਰ ਜਿਹੜਾ ਤੁਹਾਡੇ ਕੋਲ ਆਇਆ ਉਹ ਕਿੱਥੋਂ ਆਇਆ ਸੀ ਅਤੇ ਜਿਹੜਾ ਤੁਸੀਂ ਉੱਥੇ ਹੁਸ਼ਿਆਰਪੁਰ ਪਾਰਲੀਮੈਂਟ ਦੇ ਵਿੱਚ ਖੜਾ ਕੀਤਾ ਸੀ ਉਹ ਕਿੱਥੋਂ ਲੈ ਕੇ ਕੀਤਾ ਸੀ ਆਪ ਤਾਂ ਦੂਜੀਆਂ ਪਾਰਟੀਆਂ ਤੋਂ ਉਧਾਰੇ ਲੈ ਲੈ ਕੇ ਉਮੀਦਵਾਰ ਖੜੇ ਕਰ ਦਿਓ ਅਤੇ ਗੱਲਾਂ ਟਿੱਚਰਾਂ ਦੂਜੀਆਂ ਪਾਰਟੀਆਂ ਨੂੰ ਕਰ ਦਿਓ ਪਹਿਲਾਂ ਆਪਣੇ ਅੰਦਰ ਤਾਂ ਝਾਤੀ ਮਾਰਨੀ ਚਾਹੀਦੀ ਇਹਨਾਂ ਨੂੰ ਕਿ ਤੁਸੀਂ ਆਪ ਕੀ ਕਰ ਰਹੇ ਹੋ ਇਸ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ 4 ਜਿੰਨੀ ਚੋਣ ਲਾਹੌਰ ਜਾ ਰਹੀ ਹੈ ਇਹਦੇ 'ਚ ਜ਼ਿਆਦਾਤਰ ਉਮੀਦਵਾਰ ਉਹ ਨੇ ਜਿਹੜੇ ਅਕਾਲੀ ਦਲ 'ਚੋਂ ਗਏ ਇਹ ਮੈਂ ਕਹਿ ਰਿਹਾ ਨਾ ਕਿ ਸਾਡੇ ਹੀ ਉਮੀਦਵਾਰ ਵਰਤ ਕੇ ਅਤੇ ਸਾਨੂੰ ਵੀ ਟਿੱਚਰਾਂ ਕਰ ਦਿਓ ਪਹਿਲਾਂ ਆਪਣਾ ਕੇਡਰ ਦਾ ਕੰਮ ਕਰ ਲਓ ਇਹ ਇੱਕ ਵਾਰੀ ਉਬਾਲਾ ਜਿਹਾ ਆਇਆ ਸੀ ਇਹ ਹੁਣ ਸਾਰਾ ਹੀ ਐਤਕੀ ਜਿਵੇਂ ਤਾਂ ਚੜਿਆ ਸੀ ਕੰਮ ਉੱਦਾਂ ਹੀ ਰੁੜ ਜਾਣ ਕੋਈ ਇੱਕ ਵੀ ਕੰਮ ਤਾਂ ਦੱਸਣ ਨਾ ਜਿਹੜਾ ਪੰਜਾਬ ਵਾਸਤੇ ਭਗਵੰਤ ਮਾਨ ਜੀ ਨੇ ਕੀਤਾ ਸਵਾਇ ਟਿੱਚਰਾਂ ਤੋਂ ਆਹ ਹੁਣ ਝੋਨੇ ਦਾ ਕਿੱਡਾ ਵੱਡਾ ਸੰਕਟ ਆ ਔਰ ਕਿਸ ਤਰੀਕੇ ਕੀ ਹਾਲ ਹੋਇਆ ਲੋਕਾਂ ਦਾ ਕਿਸਾਨਾਂ ਨੂੰ ਪੁੱਛੋ ਜਾ ਕੇ ਕੀ ਹਾਲ ਹੋਇਆ ਕਿ ਕਿੰਨੇ ਕਿੰਨੇ ਦਿਨ ਲੋਕ ਮੰਡੀਆਂ 'ਚ ਰੋਲਦੇ ਆ ਹਾਜ਼ਰ ਤੇ ਮੁੱਖ ਮੰਤਰੀ ਸਾਹਿਬ ਨੇ ਪਾਰਟੀ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਦੇ ਅਹੁਦੇ 'ਤੇ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਫੁੱਲ ਟਾਈਮ ਉਹ ਪੰਜਾਬ ਦੇ ਲਈ ਕੰਮ ਨਹੀਂ ਕਰ ਪਾ ਰਹੇ ਪਾਰਟੀ ਦਾ ਪ੍ਰਧਾਨ ਬਦਲਿਆ ਜਾਣਾ ਚਾਹੀਦਾ ਦੇਖੋ ਪਾਰਟੀਆਂ ਦੇ ਪ੍ਰਧਾਨ ਦਾ ਫੈਸਲਾ ਪਾਰਟੀਆਂ ਕਰਦੀਆਂ ਹੁੰਦੀਆਂ ਇਸ ਕਰਕੇ ਹੁਣ ਭੁੱਦੜ ਸਾਹਿਬ ਆ ਜਾਂਦੇ ਆ ਅਤੇ ਉਹ ਵੀ ਸੰਬੋਧਨ ਕਰਨਗੇ ਤੁਹਾਨੂੰ ਸਾਨੂੰ ਸੁਝਾਅ ਦੇਣ ਦੀ ਬਜਾਏ ਆਪਣੇ ਪਾਰਟੀ ਦੇ ਅੰਦਰ ਝਾਤੀ ਮਾਰਨ ਕੋਈ ਇਹੋ ਜਿਹੀ ਪਾਰਟੀ ਹੈਗੀ ਆ ਕਿ ਪ੍ਰਧਾਨ ਨੂੰ ਆਦੇਸ਼ ਹੋਇਆ ਸੀ ਸਿੰਘ ਸਾਹਿਬਾਨ ਦਾ ਕਿ ਤਨਖਾਹੀਏ ਕਰਕੇ ਤੁਸੀਂ ਇਲੈਕਸ਼ਨ 'ਚ ਨਹੀਂ ਜਾਣਾ ਅਤੇ ਸਾਰੀ ਪਾਰਟੀ ਗਲਤ ਪੱਲਾ ਪਾ ਕੇ ਪਿੱਛੇ ਖੜ ਗਈ ਕਿ ਜੇ ਪ੍ਰਧਾਨ ਨੂੰ ਹੁਕਮ ਆਇਆ ਤਾਂ ਅਸੀਂ ਨਾਲ ਇਸ ਤੋਂ ਵਧੀਆ ਲੀਡਰਸ਼ਿਪ ਕੀ ਹੋ ਸਕਦੀ ਚੀਮਾ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 110 ਮੈਂਬਰਾਂ ਦਾ ਸਮਰਥਨ ਤੁਹਾਨੂੰ ਮਿਲਿਆ ਹੈਗਾ ਇਸ ਹਿਸਾਬ ਨਾਲ ਉਹਦੀ ਤੇਰੇ ਕੋਲ 110 ਤਾਂ ਕਨਫਰਮ ਹੋ ਗਿਆ ਨਾ ਪਹੁੰਚ ਹੀ ਗਏ ਕਿਉਂਕਿ 11 ਰਸਤੇ 'ਚ 99 ਹਾਜ਼ਰ ਹੋ ਗਏ ਹਾਲੇ ਬਦਲਗੇ ਧਾਮੀ ਸਾਹਿਬ ਪਿਛਲੇ ਰਿਕਾਰਡ ਤੋੜ ਦੇਣਗੇ ਦੇਖੋ ਪਹਿਲੀ ਗੱਲ ਤਾਂ ਬਾਈਕਾਟ ਹੈ ਨਹੀਂ ਬਾਈਕਾਟ ਸ਼ਬਦ ਉਦੋਂ ਹੁੰਦਾ ਜਦੋਂ ਤੁਸੀਂ ਡੈਮੋਕ੍ਰੇਟਿਕ ਪ੍ਰੋਸੈਸ ਤੋਂ ਹੀ ਬਾਹਰ ਚਲੇ ਜਾਂਦੇ ਇੱਥੇ ਕਿਉਂਕਿ ਜੋ ਸਥਿਤੀ ਬਣੀ ਸੀ ਜਿਹੜੀ ਹੈ ਪ੍ਰਧਾਨ ਸਾਹਿਬ ਦੇ ਤਨਖਾਹੀਆਂ ਡਿਕਲੇਅਰ ਕਰਨ ਕਰਕੇ ਨੈਤਿਕ ਜ਼ਿੰਮੇਵਾਰੀ ਪਾਰਟੀ ਨੇ ਲੈ ਕੇ ਅਤੇ ਸਾਰਿਆਂ ਨੇ ਆਪਣੇ ਆਪ ਨੂੰ ਇਲੈਕਸ਼ਨ ਤੋਂ ਬਾਹਰ ਕੀਤਾ ਇਸ ਕਰਕੇ ਇਹਨੂੰ ਬਾਈਕਾਟ ਨਹੀਂ ਕਹਿਣਾ ਚਾਹੀਦਾ ਇੱਕ ਸਿਧਾਂਤਕ ਫੈਸਲਾ ਪਾਰਟੀ ਨੇ ਬੜਾ ਸੋਚ ਸਮਝ ਕੇ ਐਥਿਕਸ ਦੇ ਆਧਾਰ ਦੇ ਉੱਤੇ ਮੋਰੈਲਿਟੀ ਦੇ ਆਧਾਰ ਦੇ ਉੱਤੇ ਲਿਆ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਅੱਛਾ ਕੁਰਸੀ ਹੋਰ ਮੰਗਾ ਲਓ ਹਾਂਜੀ ਸਰ ਗਰਮ ਕੁਰਸੀ ਹੋਰ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ, ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਹਾਊਸ ਦੇ ਮੈਂਬਰ ਸਾਹਿਬਾਨ ਅਤੇ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅਤੇ ਸਮੁੱਚੀ ਲੀਡਰਸ਼ਿਪ ਸਾਰਿਆਂ ਦਾ ਦਿਲ ਦੀਆਂ ਡਗਿਆਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ 2024-25 ਲਈ ਸ਼੍ਰੋਮਣੀ ਅਕਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਮੈਨੂੰ ਉਮੀਦਵਾਰ ਐਲਾਨਿਆ। ਮੈਂ ਤਹਿ ਦਿਲੋਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਕਿ ਜਿਨ੍ਹਾਂ ਨੇ ਲਗਾਤਾਰ 5 ਸਾਲ ਮੈਨੂੰ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਔਰ ਹਰ ਇੱਕ ਘੜੀ ਦੇ ਵਿੱਚ ਸਾਰੇ ਮੈਂਬਰ ਸਾਹਿਬਾਨ ਨੇ ਬਹੁਤ ਵੱਡਾ ਸਹਿਯੋਗ ਕੀਤਾ। ਅਤੇ ਅੱਜ ਮੈਂ ਸਮਝਦਾ ਇਹ ਜਿਹੜੀ ਲੜਾਈ ਸੀ ਇਹ ਇੱਕ ਨਾਜ਼ੁਕ ਦੌਰ ਵਿੱਚ ਪਹੁੰਚ ਗਈ ਸੀ। ਇਹ ਨਾਜ਼ੁਕ ਦੌਰ ਮੈਂ ਇਸ ਕਰਕੇ ਕਹਿ ਰਿਹਾ ਕਿ ਸਾਡੇ ਵੀਰ ਕਈ ਵਾਰੀ ਬਾਅਦ 'ਚ ਅਕਲ ਦੀ ਸ਼ਿਕਾਇਤ ਹੋ ਜਾਂਦੀ ਆ ਅਤੇ ਇੱਕ ਬਾਤ ਗੱਲ ਨੂੰ ਲੈ ਕੇ ਐਡਾ ਲੰਬਾ ਇਹਦਾ ਪ੍ਰਚਾਰ ਕੀਤਾ, 100 ਦੂਸ਼ਣਬਾਜ਼ੀਆਂ ਲਾਈਆਂ, ਪਰ ਅੱਜ ਦੀ ਇਹ ਮੀਟਿੰਗ ਨੇ ਇਹ ਗੱਲ ਸਿੱਧ ਕੀਤੀ ਆ ਕਿ ਜਦੋਂ ਕਦੋਂ ਵੀ ਕਿਤੇ ਪੰਥ 'ਤੇ ਕੋਈ ਭੀੜ ਆਉਂਦੀ ਆ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਉਹ ਫਿਰ ਜੂਝਦਾ ਆ ਅਤੇ ਅੱਜ ਉਹ ਜੂਝਣ ਦਾ ਸਾਨੂੰ ਨੰਬਰ ਸਾਰੇ ਚੀਮਾ ਸਾਹਿਬ ਨੇ ਦੱਸ ਦਿੱਤੇ ਆ। ਔਰ ਮੈਂ ਖਾਸ ਕਰਕੇ ਬੀਬੀਆਂ ਦਾ ਧੰਨਵਾਦ ਕਰਦਾ ਜਿਹੜੀਆਂ 20 ਤੋਂ ਵੱਧ ਅੱਜ ਹਾਜ਼ਰ ਸੀ, ਬਾਕੀ ਕੁਝ ਆ ਰਹੀਆਂ, ਜਿਨ੍ਹਾਂ ਨੇ ਉਹ ਪੁਰਾਤਨ ਆਪਣਾ ਰੋਲ ਸਾਡਾ ਸਾਰਿਆਂ ਦਾ ਜਿਹੜਾ ਮਾਈ ਭਾਗੋ ਕਿਸੇ ਵੇਲੇ ਸੀ ਨਾ ਬਈ ਜਿਹੜੇ ਘਰ ਦੀ ਮਾਈ, ਘਰ ਦੀ ਮਾਤਾ, ਘਰ ਦੀ ਬੀਬੀ, ਉਹ ਤਾਣ ਦਿੰਦੀ ਆਪਣੇ ਚਾਹੇ ਬੱਚਾ ਹੋਵੇ, ਚਾਹੇ ਉਹਦੇ ਘਰ ਦਾ ਹੋਵੇ, ਚਾਹੇ ਉਹਦਾ ਬਜ਼ੁਰਗ ਹੋਵੇ। ਸੋ ਇਹਨਾਂ ਸਾਰੀਆਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਅਤੇ ਮੈਂ ਸਮਝਦਾ ਕਿਉਂਕਿ ਮੇਰੀ ਆਦਤ ਆ ਮੈਂ ਬਹੁਤ ਜ਼ਿਆਦਾ ਕਈ ਵਾਰੀ ਦੂਸ਼ਣਬਾਜ਼ੀ ਨਹੀਂ ਕਰਦਾ, ਪਰ ਕਈ ਵਾਰੀ ਆਪਣੇ ਗਰੀਬਾਨ ਦੇ ਵਿੱਚ ਝਾਕਣਾ ਵੀ ਚਾਹੀਦਾ ਕਿ ਕੀ ਆਪਾਂ ਜਿਹੜਾ ਅੱਜ ਐਡਾ ਵੱਡਾ ਰੌਲਾ ਪਾ ਰਹੇ, ਕਿਹੜੀ ਲੜਾਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਨੂਅਲ ਚੋਣ ਆ ਨਾ, ਅਤੇ ਕਿੰਨੇ ਸਮੇਂ ਤੋਂ ਤੁਸੀਂ ਦੇਖਦੇ ਕਿੰਨੀ ਵਾਰੀ ਤੁਸੀਂ ਲੜ ਚੁੱਕੇ ਹਾਂ, ਪਰ ਇਹਨੂੰ ਐਡਾ ਵੱਡਾ ਇੱਕ ਅਹਿਮ ਮਸਲਾ ਬਣਾ ਦਿੱਤਾ ਕਿ ਜਿਹੜੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਦੀ ਤਾਬਿਆ ਹਾਂ, ਉਹ ਜੇ ਉਹਨਾਂ ਦਾ ਫਾਰਾ ਆਪਾਂ ਪੜ੍ਹੀਏ, ਕੱਢੀਏ ਸਾਰਾ ਨਿਚੋੜ, ਕੱਢੀਏ ਪੜਚੋਲ ਕਰੀਏ ਤਾਂ ਪਤਾ ਲੱਗ ਜਾਊਗਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੱਚਮੁੱਚ ਕੌਣ ਸਮਰਪਿਤ ਆ। ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੀ ਜਿਹੜੀ ਸ਼ਕਤੀ ਸੀ ਉਹਦਾ ਅੱਜ ਪ੍ਰਦਰਸ਼ਨ ਹੋ ਚੁੱਕਾ, ਤੁਹਾਡੀ ਵੀ ਮੀਟਿੰਗ ਹੋ ਗਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਵੀ ਮੀਟਿੰਗ ਕੀਤੀ ਆ ਅਤੇ ਇਹ ਪੰਥ ਨੂੰ ਜੇ ਸੱਚਮੁੱਚ ਸਮਰਪਿਤ ਆ ਜਿਹੜੇ ਸੁਹਿਰਦ ਆ, ਜਿਨ੍ਹਾਂ ਨੇ ਤੱਕਿਆ ਹੀ ਆ ਵੀ ਵਿਰੋਧੀਆਂ ਦੇ ਹੱਥ ਵੇਚ ਕੇ ਪੰਥ ਦੀ ਸ਼ਕਤੀ ਨੂੰ ਕਿਹਨੂੰ ਕਿਹਨੂੰ ਕਰਨਾ, ਉਹਨਾਂ ਨੂੰ ਤਾਂ ਕੱਲ੍ਹ ਨੂੰ ਫਿਰ ਜਿਲ੍ਹੇ ਇੱਥੇ ਰਿਜ਼ਲਟ ਆਊਗਾ ਪਤਾ ਲੱਗੇ ਹੀ ਜਾਊਗਾ। ਪਰ ਜਿਹੜੇ ਹਮਦਰਦ ਵੀ ਆ ਕਈ ਵਾਰੀ ਬਾਤਾਂ ਦੇ ਵਿੱਚ ਅਸੀਂ ਆ ਜਾਂਦੇ ਹਾਂ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਅੱਜ ਕੌਮ ਨੂੰ ਲੋੜ ਆ ਇੱਕ ਪਲੇਟਫਾਰਮ 'ਤੇ ਇਕੱਠੇ ਹੋਈਏ, ਇਕੱਠੇ ਹੋਣ ਸਿਧਾਂਤਕ ਲੋਕ, ਇਹ ਨੇ ਵੀ ਉਹਦੇ ਪਿੱਛੇ ਕੋਈ ਮਨਸਾ ਰੱਖ ਕੇ ਹੋਵੇ। ਇਹ ਮੈਂ ਤਾਂ ਗੱਲ ਕਹਿ ਰਿਹਾ ਕਿ ਅੱਜ ਦੀ ਸਾਰੀ ਇਸ ਮੀਟਿੰਗ ਨੇ ਨਿਰਣਾ ਕਰ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਇੰਨੇ ਵੱਡੇ ਆ, ਅੱਜ ਵੀ ਮੇਰੇ ਨਾਲ ਇੱਥੇ ਬੈਠੇ ਮੈਂਬਰ ਸਾਹਿਬਾਨ, ਬਾਈ ਨੇਮ, ਮੈਂ ਕਿਸੇ ਦਾ ਹੁਣ ਨਾਂ ਨਹੀਂ ਲੈਣਾ, ਬਹੁਤ ਸਾਰਿਆਂ ਦੇ ਮੈਨੂੰ ਟੈਲੀਫੋਨ 'ਤੇ ਨਾਲ ਦੱਸਿਆ ਕਿਹਦੇ ਕਿਹਦੇ ਨਾਲ ਕੀ ਐਪੀਸੋਡ ਹੋਇਆ। ਅਤੇ ਤੁਸੀਂ ਦੇਖੋ ਸਾਡੇ ਸੱਭਰਵਾਲ ਸਾਹਿਬ ਪਟਿਆਲੇ ਤੋਂ ਮੈਂਬਰ ਆ, ਵਿਚਾਰੇ ਢਿੱਲੇ ਵੀ ਆ ਕੇ ਬੈਠੇ ਆ, ਔਰ ਸਾਡੇ ਭਾਈ ਬਲਵਿੰਦਰ ਸਿੰਘ ਬੇਈ ਪੋਈ ਉਹ ਇੱਥੇ ਆ ਕੇ ਬੈਠੇ, ਆ ਚੀਮਾ ਸਾਹਿਬ ਯੂਪੀ 'ਚੋਂ ਆਏ ਆ ਉਹ ਆ ਕੇ ਬੈਠੇ ਆ, ਪਰ ਸਰਦਾਰ ਰਣਧੀਰ ਸਿੰਘ ਚੀਮਾ 96 ਸਾਲ ਦੀ ਉਮਰ ਹੋ ਗਈ ਆ, ਪੰਥ ਨੂੰ ਸਮਰਪਿਤ ਰਹੇ ਉਹ ਬੈਠੇ ਆ, ਆ ਗੁਰਿੰਦਰ ਸਿੰਘ ਆਪਣੇ ਸਾਡੇ ਬਾਬਾ ਜੀ ਬੰਬੇ ਤੋਂ ਬੈਠੇ ਆ, ਅਤੇ ਇਸੇ ਤਰ੍ਹਾਂ ਜਥੇਦਾਰ ਸੂਬਾ ਸਿੰਘ ਜਿਹਨੇ ਸਾਰੀ ਉਮਰ ਪੰਥ ਲਈ ਲਾਈ ਆ, ਵੀ ਮੈਂ ਸਮਝਦਾ ਇਹਨਾਂ ਦਾ ਤਾਂ ਅਸੀਂ ਦੇਣਾ ਨਹੀਂ ਦੇ ਸਕਦੇ ਕਿ ਕਿੱਡੀ ਵੱਡੀ ਪੰਥ ਦੀ ਜਿਲ੍ਹੇ ਆਵਾਜ਼ ਪਈ ਵੀ ਚੋਣ ਆ ਅਤੇ ਸਾਰੇ ਛੱਡ ਕੇ ਕਾਰਜ ਸਿਹਤਾਂ ਨੂੰ ਛੱਡ ਕੇ ਇੱਕ ਪਾਸੇ
अज इत्थे रणतत्ते दे विच रणतत्ता मैं इस करके कहना पारख की घड़ी हुंदी आ ते पारख की घड़ी दे विच श्रोमणी गुरद्वारा प्रबंधक कमेटी ते श्रोमणी अकाली दल दे नाल खड़े आ। आओ मैं उन्हां विरोधियों नूं भी विरोधी का नाँ कह लवां, उन्हां नूं मैं कहना चाहुंदा जे तुहाडे कोई विचारक मतभेद अपने आप नूं समझदे आ पर लोक समझदे आ कि विचारक मतभेद किसी ताकत लई आ जां सिधांत गया। एक थां एकत्र होइए पंथ फिर कई बार कीतियां कताइयां नूं माफ़ नहीं करता, कई बार गड्डी स्टेशन तो फिर दूर चले जाती आ, पिछे फिर खज्जल खुआरी तो सवार कुछ नहीं रहिंदा, फिर दिल दीआं ढंगाइयां तो सारे समुचे तौर पर श्रोमणी अकाली दल के प्रधान साहब की समुची लीडरशिप तो श्रोमणी गुरद्वारा प्रबंधक कमेटी के समुचे मैंबर साहबान जिन्हां ने मेरे ते यह यकीन करके मुर उम्मीदवार एलाने, बहुत बहुत धन्यवाद। अकाली दल वालों दोष लाया गया कि दबाव बनाया जा रहा है मैंबर से, पर उसके बावजूद एड्डी वड्डी गिनती मैंबर पहुंचे, किस तरह देखते हो मैंबर? देखो मैं समझदा ये खालसे की एक परिभाषा रही आ कि जदों भी खालसे नूं कोई चुनौती देवे ये फिर गेंद वांगू तां उभरदा, तो अज वो देख लिया तुसीं भी कल्ले कल्ले मैंबर नूं किसे नूं सेंटर तों किसे नूं पंजाब की सरकार तों किसे नूं कांग्रेस के एम पी साहबान तों तो किसी नोटा के नाल शरेआम जोड़ा आ वो कित धमकया गया कि लालच दिता गया, तो आ जी अज नफरी आ ना लालच चाई आते ना डर चाई, यो खालसे की परिभाषा सतगुरु जी ने घड़ी सी, ना ये भय मानता तो ना भय किसी दिता, पर जल्द ये पैर थले कोई तत्ता पानी रखे फिर उबलता, तो उबलता भी ठंडे जिगरे नाल, इवें नहीं उबलता भी कोई इतने झगड़ा करना, पर अज मैं समझदा सारिया पुरातन रवायतों अज के हाउस ने मुर बरकरार रखा, ये बड़ी बड़ी खुशी की जी। विरोधी पार्टी देखो सुधार लहर वाले आ अपने आप पार्टी का है ही कोई नहीं गे, तो उन्होंने आ सारे अज सीख लेना चाहिए। मैं तो बेनती की भी पंथ कट्ठा हो सारा, पर जोड़े सिद्धांतक लोग आ तमाशबीन ना हो। अज गुरु महाराज की कृपा नाल बहुत गुरु ने मेहर की है, मैं इतों पहला प्रधान जी ने धामी साहब ने दसिया कि किमें सरकार पार्टियाँ आप वाले कांग्रेस वाले बीजेपी वाले हर हरबा उन्होंने वरत्या, लेकिन इस दे बावजूद गुरु महाराज की कृपा नाल जिहड़ी ये धार्मिक संस्था दुनिया की इको एक संस्था हर धर्म चो जिहड़ी कल्ली वोट नाल चुनी जाती है, और एड्डी कुरबानी तो बाद कोई धर्म की संस्था भी नहीं बनी होनी जिहड़ी कि साडे बजुर्गों ने हज़ारां दी तादाद शहीदियां पा के अंग्रेज हरा के ए एस जी पी सी जिहड़ी है बनी सी, और इहदा प्रबंध उस वेले तो लैके ये सेवा हमेशा इहदे सेवादारां नूं जो अकाल तख्त नूं समर्पित है उन्हें दे हत्थ रिहा है, लेकिन दिल्ली सरकार और हमेशा सरकारां दी कोशिश रही है कि प्रबंध ते किसी ना किसी ढंग नाल साडा कब्जा अंग्रेज भी कोशिश करता रहा और फिर कांग्रेस भी कोशिश करती रही, अज की पार्टी भी दिल्ली से बैठी कोशिश करते कि साडा कितने ना कितने प्रबंध से साडा असरअंदाज असी हो जाइए, उस दे बावजूद मैं कह रहा ये सारे जो साडे मैंबर साहबान इन्होंने इतिहास लिखा कि इन्ने दबा दे और होर हरबे हर लालच हर तरीका वरतण के बावजूद अज एड्डी वड्डी गिणती च आ के अजे साबित करता कि असी पंथ नाल आ, असी गुरु ग्रंथ नाल आ, असी अकाल तख्त के ताबेदार। लेकिन मैं उन्हां वीरां नूं बेनती करदा, बाकी मैं होर कुछ नहीं कहना चाहुंदा, जे तुसीं कह रहे हो कि असी पंथ दे सेवादार हाँ तो आओ धामी साहब नूं सर्वसम्मति नाल चुनीए, जिन्हां च कोई नुक्स नहीं, विद्वान ए क्लास है, काबिल वकील है और कुरबानी है संत बाबा जरनैल सिंह नाल, उस वेले उन्होंने नाल कुरबानिया नौजवानी उम्र शामिल रहे ने, कुरबानी है, ईमानदार है, काबिल है, एक भी कितने कोई इन्हां ते नहीं कितने उंगल टिकदी, इस करके इहो जे ईमानदार बंदे इस संस्था दे सेवादार होने चाहीदे ने। इस करके मैं सारी कौम नूं देश ते दुनिया च अपील करदा कि जिथे कितने किसी का तलक है जो गलत रस्ते ते मैंबर जा रहे ने उन्हां नूं समझाओ कि इतिहास गलत रस्ते ना खड़ो, अकाल तख्त तो बेमुख ना हो और गुरु दी ताबिया चा के धामी साहब नूं सर्वसम्मति नाल बनाओ। मैं इस सारयां नूं अपील करदा, मैं किसी नूं माड़ा नहीं कहिंदा, किसी नूं चंगा नहीं कहिंदा, दुनिया च कराइए तां हर समय रहे ने, इस करके कराइए ना बनो, गुरु दी शरण च आओ ते धामी साहब दे नाल सारे होके आपां मत करिए ताकि कौम सिर जोड़े
एक घट गिणती की कौम है जिड़ी दुनिया च ना कमा रही है तो असी देश ते दुनिया तरक्की करिए आने वाली पीढ़ियाँ तरक्की करे पंजाब अमन शांति होवे और ये जो सरबत दे भले का धर्म है ये दुनिया जावे तक दुनिया शांति होवे ये मैं सारे अपील करदा थोड़े रहते गुरु का धन्यवाद करदा जिन्हां ने मैंबरां नूं एड्डी बड़ी शक्ति ते सिर हथ रख के कोई परवाह नहीं की सरकारां ने किसी भी इस चीज़ की तो सारे चट्टान वांग खड़े ने इन्हां दा असीं सिर झुका के मैं इन्हां दा भी धन्यवाद करदा तो सब का बहुत बहुत धन्यवाद वाहेगुरू जी का खालसा जी। इस बार बंदी छोड़ दिवस जरा उस दिन आ रहा है जो दिल्ली दंगे हुए सर दिल्ली कमेटी ने फैसला लिया कि उस दिन जो गुरुद्वारा साहब दिल्ली उस दीपमाला जाति नहीं करेंगे तो फैसला लोगे।